ਕਾਲਾ ਮਹੀਨਾ ਅਤੇ ਕਾਲੀ ਬੋਲੀ ਰਾਤ ਸੀ। ਕਾਲ ਜੀ ਨੂੰ ਫੜੀ ਬੈਠੀ ਕੁੱਲ ਕਾਇਨਾਤ ਸੀ, ਸੂਬੇ ਦੀ ਕਚਹਿਰੀ ਵਿੱਚ ਚੁੱਪ ਛਾਈ ਹੋਈ ਸੀ। ਕਮੂ ਨੀਂਦ ਛਿਦ ਵਿਵਹਾਰ
ਸਭ ਕਾ ਛੋਟੈ ਸਿੱਖਾ ਕੀਆ ਜੈ ਸਕਲੇ ਤੈ ਸਭੁ ਦੀਆ ਦੇਵ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ ਕਾ ਸਾਰ ਮੰਤਰ ਕੋ ਨਾਨਕ ਗੁਰੂ ਪ੍ਰਭ ਹੋ ਜਾਏ ਰਿਸ਼ਪਦੀ ਮਨੁੱਖ ਕੇ ਟੇ ਗਗ੍ਰਤੀ ਸਭ ਜਾਣ ਦੇਵਨ ਕੇ ਕਹਿ ਭਗਵਾਨ ਜਿਸਕੇ ਦੀ ਰਹਿ ਆਏ ਪੂਰਨ ਤ੍ਰਿਸ਼ਨਾ ਲਾਗੇ ਆਏ ਮਾਰੇ ਰਾਖੇ ਕੋ ਆਪ ਨਾਨਕ ਬਿਦਨਾ ਲਾਗੇ ਕੋਏ ਉਸਤਤ ਮਨ ਮੈਂ ਕੰਧਰੰਕਾਰ ਕਰ ਮਨ ਮੇਰੇ ਸਤ ਵਿਉਹਾਰ ਨਿਰਮਲ ਰਸਨਾ ਮਰਗ ਵੀ ਉਸ ਦਾ ਸੁਹਿਲਾ ਕਰੜੇ ਜੀਓ ਨੈਨੋ ਬੇਠਾ ਗੁਰਕਾਰਾਂ ਦੇ ਸਾਥ ਸੰਗ ਸਭ ਸਭ ਚੰਗ ਸੰਗ ਚਰਨ ਚਲੋ ਮਾਰਗ ਗੋਬਿੰਦ ਮਡੈ ਪਾਪ ਚੰਗਿਆ ਬਿੰਦ ਕਰ ਹਰਿ ਕਰਮ ਸਰਵਰਥਾ ਹਰ ਸਾਧ ਸੰਗ ਹਰ ਹਰ ਜਸ ਕਹਿ ਤੇ ਸਰਬੋ ਤਿਆਰ ਜਾਂਦ ਰਹਿ ਤੇ ਅੰਦਰ ਕੀਰਤਨ ਦੇ ਵਲ ਵਖਿਆਨ ਗ੍ਰਹਿਸ ਮੈਂ ਸੋਈ ਦਰਬਾਨ ਏਕ ਉਪਰ ਸੋ ਸੰਤ ਸੋਇ ਰਾਣੀ ਡੋਲਾਵੇ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸਿਵ ਕੋ ਕਿਸ ਤੇ ਡਰੇ ਜੈਸਾ ਸੰਤ ਸੰਦ੍ਰਿਸ਼ਟਾ ਹੈ ਆਪਣੇ ਕਾਰਜ ਮੈਂ ਆਪ ਸਮਾਇਆ ਸੋਧ 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 ਸੀਜਿਆ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕੀ ਨੋ ਸਦਾ ਨਿਹਾਰ ਨਮ ਗਿਆ ਇਹ ਛੁਪੁਨੀ ਸਰਦਾ ਸਭ ਪੂਰੀ ਰਬ ਰਹਿਆ ਸਦ ਸੰਗਤ ਜੂਰੀ ਜਨ ਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੈ ਜੇ ਘਰ ਨ ਭਾਨੈ ਸੋ ਕਿਉਂ ਵਿਸਰੈ ਜੇ ਕੀ ਆ ਜਾਣੈ ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ ਸੋ ਕਿਉਂ ਵਿਸਰੈ ਜੇ ਜੀਵਨ ਜੀਆ ਆਖੈ ਸੋ ਕਿਉਂ ਵਿਸਰੈ ਜੇ ਬਿਖਤੇ ਕਾਟੈ ਜਨਮ ਜਨਮ ਕਾ ਟੂਟਾ ਗੰਢੈ ਗੁਰ ਪੂਰੈ ਤਤਿਹਿ ਬੁਝਾਇਆ ਪ੍ਰਭੇ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਹੇ ਕਾਮ ਸਾਜਨ ਸੰਤ ਕਰੋ ਇਹ ਕਾਮ ਆਤਿਆ ਜਪੋ ਹਰ ਨਾਮ ਸਿਮਰ 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 ਸੁਖ ਪਾਵੋ ਆਪ ਜਪੋ ਭਗਤ ਭਾਈ ਤਰੀਏ ਸੰਸਾਰ ਸਗਲ ਦੁਖ ਕਾਹੋ ਮਤ ਨਾਸ ਨਾਨਕ ਨਾਮ ਜਪੋ ਗੁਣ ਦਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮੰਥਨ ਅੰਤਾਰੀ ਹੀ ਸੁਆਓ ਨੇਤਰੋਂ ਦੇਖ ਦਰਸ਼ ਸੁਖ ਹੋਏ ਮਨ ਬਿਖਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਤਨ ਰੰਗ ਬਿਰਲਾ ਪਉ ਆਪਣੀ ਨਾਨਕ ਇਹ ਗੁਣ ਨਾਮ ਸੁਖ ਮਰਣੀ ਦੁਖ ਰੋਗ ਬਿਨ ਸੇ ਪੈ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰੋ ਬੀਬੀ ਦਲੇਰ ਕੌਰ ਖਾਲਸਾ ਜੀ ਆਪਣੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ ਹਨ ਜਿਨ੍ਹਾਂ ਦੇ ਜਥੇ ਪਾਸੋਂ ਕੁਛ ਵਕਤ ਆਪਾਂ ਗੁਰ ਇਤਿਹਾਸ ਸੁਣਾਂਗੇ ਸਰਬੱਤ ਸੰਗਤਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰੋ ਅਤੇ ਗੁਰ ਇਤਿਹਾਸ ਸਰਵਣ ਕਰੀਏ ਬੁੱਕ
गुरु साहेब जी Thank you.
मेरे कलगीलां वाले पातशाह ने अपने पंथ के उपर ऐसी कृपा की और जिथो मुकदी मजनुआ रजे आई उतो शुरू होगी जे दास तान साडी आ साडे लड़दिया लड़दिया दे सीस लै के फिर भी जिस्मा चो गई ना जान सकी। मेरे कलगी तेरे पातशाह महाराज धन गुरु गोबिंद सिंह जी बचित्र नाटक दे विच फरमाना करदे ने पातशाह ने स्पष्ट कीता साहब जी आंदे ने आप में अपनी कथा बखानो तप संत जे बिद मोहे मानो हे मुकुट पर्वत है जहां सबत सरेंग सोबत है कहा सबत सरेंग ते नाम कहावा पढ़ राम जा जोग कमावा ते हम अधिक तपस्या साधी महाकाल कले कामरा दी एह पद कंत तपस्या भयो जिदा नाम की रखिया रणजीत निकारा जदों बस निकारे ते चोटा लग दिया भाई धानिया त्रिपुट ने क्योंकि औरंगजेब दा अपने राज दे विच हुक्म सी की हुक्म है आता कोई घोड़े ते नहीं चढ़ सकता कोई राग नहीं पढ़ सकता कोई सिर दस्तार नहीं सजा सकता पर साहब जी कहता घोड़े ते चढ़ना राग पढ़ना दस्तार सजाउणी सिख लई अति जरूरी है। कई बार आए करके आनंदपुर की धरती ते कलगियां वाले ने इन्हां दी धौम मरोड़ के धरती दे नाल लाई हुण प्यारे खालसा जी सारे इकट्ठे हो के आए हैं अठ महीने होए ने आनंदपुर की धरती नूं घेरा पै गए थोड़े नहीं जे होंदे अठ महीने वेखो सिंघां दे लंगर मस्ता नहीं हो गए बारह रस्ते लियाउण दा भी कोई प्रबंध नहीं क्योंकि पत्ता पत्ता सिंघां दा वैरी होया बैठा पर साथी हाथी होर पशु तड़फ तड़फ के मरण लगे ते जदों पातशाह परख दा परचा पाउंदा ना ते वड्डे वड्डे सिरकी भी डोल जांदे भाई मां सिंह हुण आए महाराज भुख नहीं सहारी जांदी हुकम दे ओ घरां नूं चले जाइए महाराज ने याद कराया जाको मुश्किल आप बने ढोई कोई ना दे लागू होए दुश्मना साथ पे भज खले सबो भजे आसरा चूके सब असराओ जित आवे उस पार ब्रह्म ता लगे ना तती वाओ पर भाई मां सिंह होणी कहिंदे महाराज जी असीं ते जावांगे पर छक कहिंदे जे जाणा चाहुंदे ने ओ कोरे कागज़ दी हेठ ते तो बोल लिखदे हो गुरु गोबिंद सिंह साडा गुरु नहीं ते असीं ओहदे सिख नहीं जिवें अज असीं वधावे लिख के दित्ते आ गुरु नूं ना साडे कोल अमृत वेला ना अज साडे कोल केसां दी संभाल अज असीं दर दर ते भटक रहे हां। खैर मैं विचार दे विच रहा हां फिर प्यारियो मुगलां ने आपो अपने धर्मां दीआं कसमां खाधीआं ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਚਲੇ ਜਾਵੋ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ। ਸਾਹਿਬ ਨੇ ਸਿੰਘਾਂ ਨੂੰ ਆਖਿਆ ਆ ਕਸਮਾਂ ਵਾਅਦੇ ਕਰਨ ਵਾਲਿਆਂ ਤੇ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਕਿਉਂ ਇਹ ਕਿਸੇ ਵਕਤ ਵੀ ਆਪਣੀਆਂ ਕਸਮਾਂ ਤੋੜ ਸਕਦੇ ਨੇ ਪਰ ਖਾਲਸੇ ਦੇ ਕਹਿਣ ਤੇ ਕਲਗੀਆਂ ਵਾਲੇ ਨੇ ਉਹ ਰੋਂਦੀ ਕੁਰਲੋਂਦੀ ਹੱਸਦੀ ਵਸਦੀ ਆਨੰਦਾਂ ਦੀ ਪੁਰੀ ਨੂੰ ਫੰਦੇ ਬੁਲਾ ਦਿੱਤੀ ਪ੍ਰਵਾਹ ਤੁਰਿਆ ਜਾਂਦਾ ਪਰ ਕਲਗੀਆਂ ਵਾਲਾ ਅਲੋਖੇ ਰੰਗ ਵਿੱਚ ਲੱਗਿਆ ਇੱਕ ਪਾਸੇ ਨੂੰ ਮੁੜ ਪਿਆ। ਮਾਤਾ ਗੁਜਰ ਕੌਰ ਜੀ ਕਹਿੰਦੇ ਲਾਲ ਜੀ ਕਿੱਧਰ ਨੂੰ ਜਾ ਰਹੇ ਹੋ ਮਾਂ ਮੈਂ ਜਾਂਦੀ ਵਾਰ ਪਿਤਾ ਨੂੰ ਫਤਿਹ ਬੁਲਾ ਦਾ ਮੁੜ ਕੇ ਮੈਂ ਆਨੰਦਪੁਰ ਦੀ ਧਰਤੀ ਤੇ ਵਾਪਸ ਨਹੀਂ ਆਉਂਦਾ। ਗੁਰਦੁਆਰਾ ਸੀਸਗੜ ਸਾਹਿਬ ਗਏ ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਜਾ ਕੇ ਅਰਦਾਸ ਕੀਤੀ ਹੈ ਪਰ ਪੂਜਿਆ ਗੁਰਦੇਵ ਮਹਾਨ ਹਸਤੀ ਫਤਿਹ ਸਮਝ ਲਓ ਆਖਦੀ ਆਨੰਦਪੁਰੀ ਦਾ ਸ਼ਿੰਗਾਰ ਤੁਰਿਆ ਜਾ ਰਿਹਾ ਆਨੰਦਪੁਰੀ ਭੁੱਬਾ ਮਾਰ ਕੇ ਕੁਰਲਾਈ ਹੈ ਕਿਉਂ ਸਾਹਿਬ ਜੀ ਕਿਤ ਵੱਲ ਜਾ ਰਹੇ ਹੋ ਹੋਇਆ ਕੀ ਕਸੂਰ ਕਾਨੂੰ ਮੁਖੜਾ ਛਪਾਰੇ ਸਤਿਗੁਰੂ ਆਉਂਦੇ ਆਨੰਦਪੁਰੀਏ ਤੇਰਾ ਕੋਈ ਵੀ ਕਸੂਰ ਨਹੀਂ ਪਰ ਸਾਡਾ ਵੀ ਇੱਥੇ ਵਸਣਾ ਰੱਬ ਨੂੰ ਮਨਜ਼ੂਰ ਤੁਰੇ ਜਾਂਦੇ ਅੱਗੇ ਸਰਸਾ ਦਾ ਕੰਢਾ ਬਾਰਿਸ਼ ਕਾਰਨ ਸਰਸਾ ਵਿੱਚ ਹੜ੍ਹ ਆਇਆ ਹੋਇਆ ਉਸ ਸਮੇਂ ਇੱਕ ਪਹਿਰ ਦੀ ਰਾਤ ਰਹਿ ਚੁੱਕੀ ਹੈ ਨਗਾਰੇ ਵਾਲੇ ਸਿੰਘ ਨੇ ਲਗਾਈਆਂ ਨਗਾਰੇ ਤੇ ਚੁੰਡਾ ਸਾਰੇ ਸਿੰਘ ਸਮਾਧੀਆਂ ਲਾ ਕੇ ਬੈਠੇ ਬਾਦਸ਼ਾਹ ਕਹਿੰਦੇ ਚਲੋ ਆਸਾ ਦੀ ਮਾਰ ਦਾ ਕੀਰਤਨ ਕਰੀਏ ਭਾਈ ਦਇਆ ਸਿੰਘ ਜੀ ਕਹਿੰਦੇ ਪਾਤਸ਼ਾਹ ਮੁਗਲਾਂ ਨੇ ਮਗਰੀ ਹਮਲਾ ਬੋਲ ਦਿੱਤਾ ਪਿਆਰੀ ਰੌਲਾ ਸੁਣ ਕੇ ਧੰਨ ਬਾਬਾ ਅਜੀਤ ਸਿੰਘ ਸਾਹਿਬ
ਹੋਰ ਕਦੇ ਮੈਰੀ ਦਾ ਨਾਂ ਲੋਕੀ ਖੜੋਤੇ ਨੇ। ਅਨੋਖਾ ਜੰਗ, ਇੱਕ ਬੰਨੇ ਕੀਰਤਨ ਹੋ ਰਿਹਾ, ਦੂਜੇ ਬੰਨੇ ਕਿਰਪਾਨਾਂ ਖੜ ਰਹੀਆਂ ਨੇ, ਕਈਆਂ ਵਾਲੇ ਨੇ ਅਕਾਲ ਪੁਰਖ ਅੱਗੇ ਆਪਣੀ ਅਰਦਾਸ ਉਡਾਰੀ, ਮੇਰਾ ਸ਼ਰਸ਼ਾ ਪਾਤਸ਼ਾਹ ਸਰਸਾ ਤੋਂ ਪਾਰ ਹੋ ਗਿਆ। ਤੇ ਅੱਜ ਵੇਖੋ ਪੁੱਤਰਾਂ ਵਾਲੇ ਬੈਠੇ ਹੋ, ਪਰਿਵਾਰਾਂ ਵਾਲੇ ਬੈਠੇ ਹੋ, ਤੇਰਾ ਗੌਰ ਕਰਿਓ, ਪਰਿਵਾਰ ਦਾ ਇੱਕ ਜੀ ਅੱਖਾਂ ਤੋਂ ਓਹਲੇ ਹੋ ਜਾਵੇ ਤਾਂ ਕੱਲਾ ਘਰ ਹੀ ਨਹੀਂ ਪੂਰਾ ਸੰਸਾਰ ਸੁਣਾ ਸੁਣਾ ਜਾਪਦਾ, ਪਰ ਕਲਗੀਆਂ ਵਾਲੇ ਦੇ ਜੇਰੇ ਨੂੰ ਵੇਖੋ, ਅਨੇਕਾਂ ਸਿੰਘ ਸੰਸਾ ਦੀ ਪੇਟ ਚੜੇ। ਪਿਆਰੇ ਖਾਲਸਾ ਜੀ, ਜੇ 100 ਸਿੰਘਾਂ ਦਾ ਜਥਾ ਸੰਸਾ ਪਾਰ ਕਰਨ ਲਈ ਵੜਦਾ ਤੇ ਵਿੱਚੋਂ ਵਾਪਸ ਕਿੰਨੇ ਆਉਂਦੇ ਨੇ? 10। ਜੇ 50 ਵੜਦੇ ਤੇ 5 ਵਾਰ ਆਉਂਦੇ ਨੇ। ਅਨੇਕਾਂ ਸਿੰਘ ਸੰਸਾ ਦੀ ਪੇਟ ਚੜੇ, ਕਿੰਨਾ ਖਜ਼ਾਨਾ ਸੰਸਾ ਦੀ ਪੇਟ ਚੜਿਆ। ਜੋੜਾ ਇੱਕ ਪਾਸੇ, ਜੋੜਾ ਇੱਕ ਪਾਸੇ ਤੇ ਜੋੜਾ ਇੱਕ ਪਾਸੇ, ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦਿੱਲੀ ਵੱਲੇ ਵਧੇ, ਦੂਜੇ ਬੰਨੇ ਕਲਗੀਧਰ ਪਾਤਸ਼ਾਹ ਮਹਾਰਾਜ ਆਪ, ਦੋ ਵੱਡੇ ਫਰਜ਼ੰਦ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਤੇ ਸਾਹਿਬਜ਼ਾਦਾ ਬਾਬਾ ਜਗਤਾਰ ਸਿੰਘ ਜੀ ਤੇ 40 ਸਿੰਘ ਚਮਕੌਰ ਦੀ ਧਰਤੀ ਵੱਲ ਨੂੰ ਵਧੇ, ਤੇ ਤੀਜੇ ਬੰਨੇ ਧੰਨ ਮਾਤਾ ਗੁਜਰ ਕੌਰ ਤੇ ਨਾਲ ਉਹ ਨਿੱਕੀਆਂ ਜਿੰਦਾ ਨਾਉ ਤੇ ਸਿੰਘ ਅਜੀਤ ਤੇ ਨਸ਼ੀਲਾ ਜੁਜਾਰੇ ਅੰਮਾ ਪਿਤਾ ਸਿਆਣਾ ਹੈ ਕਿਤੇ। ਖਾਲੀ ਪੇਟ ਪੀੜਾ ਦਾ ਬਣਿਆ ਭਰਿਆ ਗਾ, ਦੱਸੋ ਆਪਾਂ ਰੋਟੀ ਦਾ ਭੋਰਾ ਖਾਣਾ ਹੈ ਕਿੱਥੇ? ਆ ਪਿੱਛੇ ਸ਼ਿਕਾਰੀ ਤੇ ਅੱਗਿਓ ਹਨੇਰੀ, ਇਹਨਾਂ ਪੰਛੀਆਂ ਨੇ ਉੱਡ ਕੇ ਜਾਣਾ ਹੈ ਕਿੱਥੇ? ਮਾਂ ਨਾ ਬੇੜੀ ਏ ਨਾ ਮਲਾ ਏ, ਸੰਸਾਰ ਕਿਵੇਂ ਪਾਰ ਕਰਾਂਗੇ? ਦਾਦੀ ਕਹਿੰਦੀ ਹੈ ਚੱਲਿਓ ਵਾਹਿਗੁਰੂ ਕਹੀਏ, ਸਦਾ ਸੁਖੀ ਰਹੀਏ, ਵਾਹਿਗੁਰੂ ਬੋਲੀਏ, ਕਦੇ ਵੀ ਨਾ ਡੋਲੀਏ। ਪਰ ਜਦੋਂ ਵੀਰ ਨਾਲ ਨਜ਼ਰ ਆਏ, ਉਹ ਬਾਪ ਗੁਰੂ ਗੋਬਿੰਦ ਸਿੰਘ ਨਜ਼ਰ ਨਹੀਂ ਆਇਆ ਤਾਂ ਸ਼ਾਇਰ ਨੇ ਕਲਮ ਬੰਦ ਕੀਤਾ ਹੈ, ਦਾਦੀ ਸੇ ਬੋਲੇ ਆਪਣੇ ਸਿਪਾਹੀ ਕਿਧਰ ਗਏ, ਦਰਿਆ ਪਰ ਹਮੇ ਛੋੜ ਕੇ ਵੋ ਮਾਹੀ ਕਿਧਰ ਗਏ, ਆਪਾਂ ਮਗਾ ਕੇ ਲਕਸ਼ਰੇ ਵੋ ਮਾਹੀ ਕਿਧਰ ਗਏ, ਦਰ ਪਾ ਕੇ ਹੈ ਸੂਰਤੇ ਵੋ ਮਾਹੀ ਨਹੀਂ ਕਿਧਰ ਗਏ। ਜਿਵੇਂ ਸਹਿਬਜ਼ਾਦੇ ਦਾਦੀ ਮਾਂ ਦੇ ਨਾਲ ਸਵਾਦ ਵਾਗ ਕਰਦੇ ਨੇ, ਆਓ ਉਹਨਾਂ ਸਤਲਾ ਦੇ ਪ੍ਰਸ਼ਨ ਦੇ ਉੱਤਰ ਜਥੇ ਦੇ ਪਾਸੋਂ ਸੁਣਦੇ ਚੱਲੀਏ। ਕਿਤਨੀ ਕਾ ਦੂਰ ਮਾਰੂ ਪੁੱਛਦੇ ਦਾਦੀ ਜੀ ਕਾ।
Thank you.
ਸੀ ਕਿ ਮੈਂ ਮਾਇਆ ਕਿੱਥੇ ਚੱਕੀ ਫਿਰਾਂਗੀ। ਤੇ ਖਾਲਸਾ ਜੀ ਚੋਰ ਦੇ ਪੈਰ ਨਹੀਂ ਜੇ ਹੁੰਦੇ, ਕਹਿੰਦਾ ਮਾਤਾ ਕਿਹੜੀ ਮਾਇਆ ਦੀ ਗੱਲ ਕਰਦੀ ਹੈ, ਮੈਨੂੰ ਤੇ ਕਿਸੇ ਮਾਇਆ ਦਾ ਪਤਾ ਨਹੀਂ। ਮਾਤਾ ਜੀ ਕਹਿੰਦੇ ਗੰਗਿਆ ਜਿਹੜੀ ਰਾਤ ਚੋਕੇ ਲੱਗਿਆ ਸੀ, ਇਹ ਹੁਣ ਜਾਣ ਗਿਆ ਕਿ ਮਾਤਾ ਜੀ ਨੂੰ ਸਭ ਜਾਣਦੇ ਆ। ਤੇ ਹੁਣ ਮੂੰਹ ਹਨੇਰੇ ਜਾਨੀਕਾ ਮਾਨੀਕਾ ਕੋਲ ਮਰਿੰਡੇ ਗਿਆ, ਕਹਿੰਦਾ ਨਾਲੇ ਤੁਹਾਨੂੰ ਬਾਕੀਆਂ ਨੂੰ ਮੈਂ ਆਪਣੇ ਘਰ ਵਿੱਚ ਰਹਿਣ ਲਈ ਬਣਾ ਦਿਆਂ। ਉੱਥੋਂ ਕਹਿੰਦਾ ਮੇਰੇ ਤੇ ਇਲਜ਼ਾਮ ਲਗਾ ਰਹੀ ਹੋ, ਜਾ ਕੇ ਚੁਗਲੀ ਕਰੋ। ਜਾਨੀਕਾ ਮਾਨੀਕਾ ਨੇ ਪੰਜ ਸਿਪਾਹੀਆਂ ਨੂੰ ਲਾ ਲਿਆ, ਪੁੱਜੇ ਗਏ ਪਿੰਡ ਸਹੇੜੀ। ਤੇ ਪਿਆਰੇ ਖਾਲਸਾ ਜੀ ਸਮਾਂ ਮਿਲਿਆ ਸੀ 25 ਤਰੀਕ ਨੂੰ ਮਰਿੰਡੇ ਦੀ ਧਰਤੀ ਤੇ ਦੀਵਾਨ ਲਾਉਣ ਦਾ, ਤੇ ਸਹੇੜੀ ਪਿੰਡ ਦਾ ਲੋਕੀ ਨਾਮ ਨਹੀਂ ਲੈਂਦੇ, ਜਾਂ ਉਹਨੂੰ ਸਾਹਮਣੇ ਵਾਲਾ ਪਿੰਡ ਕਹਿੰਦੇ, ਜਾਂ ਉਹਨੂੰ ਕਾਲੇ ਮੂੰਹ ਵਾਲਾ ਕਹਿੰਦੇ ਆ। ਕਿਉਂਕਿ ਪਿਆਰੇ ਖਾਲਸਾ ਜੀ ਉੱਥੋਂ ਗੰਗੂ ਨੇ ਮਹਾਰਾਜ ਪਾਤਸ਼ਾਹ ਜੀਆਂ ਦੇ ਲਾਲਾਂ ਨੂੰ ਪਿਆਰੇ ਖਾਲਸਾ ਜੀ ਗ੍ਰਿਫਤਾਰ ਕਰਵਾਇਆ ਸੀ, ਇਹ ਸੱਚਾਈ ਹੈ। ਉਹ ਫਿਰ ਨਾਮ ਮਨ ਮਿਟ ਜਾਇਆ ਕਰਦੇ ਹੈ ਜਿਹੜੇ ਪਿਆਰੇ ਖਾਲਸਾ ਜੀ ਗੁਰੂ ਦੇ ਉੱਪਰ ਚੜ੍ਹ ਕੇ ਹੁੰਦਾ ਹੈ ਕੋਈ, ਜਾਂ ਪਿਆਰੇ ਖਾਲਸਾ ਜੀ ਦਗਾ ਕਰਦਾ ਹੈ ਮੇਰੀ ਸਿੱਖ ਕੌਮ ਦੇ ਨਾਲ। ਹੁਣ ਗੌਰ ਕਰਿਓ, ਜਾਨੀਕਾ ਮਾਨੀਕਾ ਨੇ ਜਦੋਂ ਕਲਗੀ ਧਰ ਪਾਤਸ਼ਾਹ ਜੀਆਂ ਦੇ ਦੁਲਾਰਿਆਂ ਦੇ ਚੌਂਕੜੇ ਲੱਗੇ ਵੇਖੇ ਨਾ, ਇੱਕ ਵਾਰ ਮਨ ਮੋਹਿਆ ਗਿਆ ਤੇ ਕਿਹੜੇ ਮਾਸੂਮ ਬਾਲਾਂ ਨੂੰ ਅਸੀਂ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ, ਪਰ ਉਹਨਾਂ ਦੀ ਡਿਊਟੀ ਹੈ, ਉਹਨਾਂ ਨੇ ਆਪਣੀ ਜੌਬ ਹੈ ਜਿਹੜੀ ਕਰਨੀ ਹੈ। ਜਾਨੀਕਾ ਕਹਿਣ ਲੱਗਾ, ਉੱਠੋ ਮਾਤਾ ਜੀ, ਅਸੀਂ ਤੁਹਾਨੂੰ ਗ੍ਰਿਫਤਾਰ ਕਰਨ ਵਾਸਤੇ ਆਏ ਹਾਂ। ਤੇ ਮਾਤਾ ਗੁਜਰ ਕੌਰ ਜੀ ਖੋਲਦੇ ਨੇਤਰ, ਕਿਹੜੀ ਮਾਇਆ, ਤੂੰ ਤੇ ਸਾਨੂੰ ਕਿਸੇ ਮਾਇਆ ਦਾ ਦੱਸਿਆ ਹੀ ਨਹੀਂ, ਇਹ ਮੁਕਰ ਗਿਆ। ਸਿਪਾਹੀਆਂ ਨੇ ਬਾਹਾਂ ਕਿਤਾਬਾਂ ਚੜਿਆ, ਫਿਰ ਕਹਿੰਦਾ ਹੈਗੀ ਹੈ ਚੋਟ ਦੱਬੀ ਹੈ, ਜਾ ਕੇ ਚੋਟ ਨੂੰ ਵੇਖਿਆ, ਰਾਤੋ ਰਾਤ ਪਾਣੀ ਬਾਹਾਂ ਵਿੱਚ ਚੁੱਕਾ ਸੀ, ਮਾਇਆ ਰੁੜ ਗਈ। ਸਿਪਾਹੀਆਂ ਨੇ ਗੁੱਟ ਗੁੱਟ ਚੰਗਾ ਕਰ ਦਿੱਤਾ, ਨਾ ਗੱਗੂ ਆਪ ਰਿਹਾ ਤੇ ਨਾ ਗੱਗੂ ਕੋਲ ਮਾਇਆ ਰਹੀ। ਤਨ ਜਾਨ ਮਾਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਾਂ, ਧੰਨ ਮਾਤਾ ਗੁਜਰ ਕੌਰ, ਜਿਹਦੇ ਵਰਗਾ ਨਾਮ ਵੀ ਬਣਿਆ ਤੇ ਨਾ ਕੋਈ ਬਣ ਸਕਦਾ। ਤੇ ਕਲਗੀ ਧਰ ਪਾਤਸ਼ਾਹ ਮਹਾਰਾਜ ਜੀਆਂ ਦੇ ਲਾਲ ਸਾਹਿਬਜ਼ਾਦਾ ਬਾਬਾ ਜੋਲਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਨੰਨੇ ਨੰਨੇ ਗੁੰਡਾਂ ਨੂੰ ਹੱਥ ਕੜੀਆਂ ਹੈ। Thank you.
ਸੀਨੇ
ਬਦਲ ਤੇ ਭਗਤ ਕੀ ਛਪਾਈ ਲੈਣ ਵਾਸਤੇ ਆਏ ਦਾਦੀ ਮਾਂ ਦੇ ਘੁੱਟ ਕੇ ਕਲਮਾ ਲਾਇਆ ਕਹਿੰਦੇ ਚੱਲਿਓ ਦਾਦੇ ਗੁਰੂ ਤੇਗ ਬਹਾਦਰ ਦੇ ਪੁੱਤਰ ਹੋ ਮੇਰੇ ਨਾਲ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ ਵੇਖਿਓ ਕਿਤੇ ਡੋਲ ਨਾ ਲਾਇਓ ਸਾਹਿਬਜ਼ਾਦੇ ਕਹਿੰਦੇ ਮਾਂ ਸਾਡੀ ਸੰਤ ਛਪਾਹੀ ਇਤਿਹਾਸ ਅੰਦਰ ਅੱਜ ਉਹਨਾਂ ਵੀ ਸੀ ਅਜੇ ਵੀ ਹੈ ਮਾਂ ਸਾਨੂੰ ਸਿੱਖੀ ਦੇ ਵੈਰੀ ਨੂੰ ਸੋਧਣੇ ਦਾ ਬਲ ਉਦੋਂ ਵੀ ਸੀ ਬੰਦ ਅਜੇ ਵੀ ਹੈ ਕਿਉਂ ਹੋ ਕਿਉਂਕਿ ਅਸੀਂ ਉਹ ਮਨੇ ਅਲੇ ਵੀਰ ਹਾਂ ਜੋ ਕਦੇ ਨਾ ਉੱਠ ਕੇ ਸਭ ਦੀ ਕੁਰਬਾਨੀ ਦੇ ਲਈ ਜਾਈਏ ਸੁੱਕੇ ਸੱਚੀ ਗੱਲ ਜੇ ਕਿੰਨਾ ਸਾਡੇ ਤੇ ਟੁੱਕੇ ਸਾਨੂੰ ਮਾਰ ਮਾਰੇ ਮੋੜ ਗਏ ਪਰ ਅਸੀਂ ਨਾ ਮਾਰ ਚਿੰਤਾ ਨਾ ਕਰੀ ਵੈਰੀ ਨੂੰ ਤੁਰਵਤ ਵਾਪ ਜਾਂਗੇ ਨਾ ਵੀ ਸਮਝਾਂਗੇ ਸੁਬੇ ਦੀ ਗੱਲ ਵਿੱਚ ਪੇਸ਼ ਹੋਏ ਉਹਨਾਂ ਨੇ ਜਾ ਕੇ ਕਹੇ ਖਾਲਸਾ ਜੀ ਬੜੀਆ ਸੂਰਾ ਸੋਤ ਹੈ
ਜਦੋਂ ਸਾਹਿਬਜ਼ਾਦੇ ਤੁਰੇ ਬਾਬਾ ਫਤਿਹ ਸਿੰਘ ਜੀ ਨੱਠ ਕੇ ਆ ਕੇ ਮਾਤਾ ਗੁਜਰ ਕੌਰ ਜੀ ਦੀਆਂ ਦੰਦਾਂ ਨੂੰ ਚੁੰਬੜ ਗਏ। ਮਾਤਾ ਜੀ ਕਹਿੰਦੇ ਫਤਿਹ ਸਿੰਘਾ ਪੁੱਤਰਾ ਡੋਲ ਨਹੀਂ ਗਿਆ? ਨਹੀਂ ਮਾਂ, ਡੋਲਿਆ ਨਹੀਂ, ਜਵਾਬ ਲੈਣ ਵਾਸਤੇ ਆਇਆ। ਪੁੱਛ ਪੁੱਤਰਾ, ਮਾਂ ਜਦੋਂ ਅੱਗੇ ਰੋਜ਼ ਕਚਹਿਰੀ ਵੱਲ ਜਾਂਦੇ ਸੀ ਤੁਸੀਂ ਕਹਿੰਦੇ ਸੀ ਜਾਓ ਬੱਚਿਓ ਛੇਤੀ ਆਇਓ, ਤੁਹਾਡੀ ਮਾਂ ਤੁਹਾਨੂੰ ਠੰਡੇ ਬੁਰਜ ਵਿੱਚ ਬੈਠੀ ਉਡੀਕੇਗੀ, ਪਰ ਮਾਂ ਤੁਸੀਂ ਅੱਜ ਕਿਉਂ ਨਹੀਂ ਆਖਿਆ? ਮਾਤਾ ਗੁਜਰ ਕੌਰ ਜੀ ਕਹਿੰਦੇ ਸੁਣਿਓ, ਅੱਜ ਮੇਰੇ ਉਡੀਕਣ ਦੀ ਦੀਵਾਰੀ ਨਹੀਂ, ਅੱਜ ਤੁਹਾਡਾ ਦਾਦਾ ਤੁਹਾਨੂੰ ਸੱਚਖੰਡ ਦੇ ਵਿੱਚ ਬੈਠਾ ਉਡੀਕਦਾ। ਦੋਨੇ ਸਾਹਿਬਜ਼ਾਦੇ ਕਚਹਿਰੀ ਵੱਲ ਨੂੰ ਤੁਰੇ ਜਾਂਦੇ ਨੇ। ਅੱਜ ਪਿਆਰੇ ਖਾਲਸਾ ਜੀ, ਸੁੱਜਾ ਨੰਦ ਨੇ ਧੋਤੀ ਤੇ ਤੇਲ ਪਾਇਆ, ਲੋਕ ਇਹਨੂੰ ਸੁੱਜਾ ਕਹਿੰਦੇ ਸੀ, ਪਰ ਸੀਏ ਝੂਠਾ। ਕਹਿਣ ਲੱਗਾ, ਜਨਾਬ ਸੱਪ ਦੇ ਬੱਚੇ ਸਕੋਲੀਏ ਹੁੰਦੇ ਨੇ, ਜੰਮਦੀਆਂ ਸੂਲਾਂ ਦੇ ਮੂੰਹ ਸਾਨੂੰ ਭੰਨ ਦੇਣੇ ਚਾਹੀਦੇ। ਇਹਨਾਂ ਚਾਲ ਖੇਡੀ ਕਚਹਿਰੀ ਦਾ ਵੱਡਾ ਮੇਨ ਦਰਵਾਜ਼ਾ ਬੰਦ ਕਰ ਦਿੱਤਾ, ਵਿਚਕਾਰ ਦੀ ਖਿੜਕੀ ਖੋਲ ਦਿੱਤੀ। ਜਦੋਂ ਗੁਰੂ ਗੋਬਿੰਦ ਸਿੰਘ ਦੇ ਨਾਲ ਕਚਹਿਰੀ ਦੇ ਅੰਦਰ ਦਾਖਲ ਹੋ ਕੇ ਸੁੱਜਾ ਦਾ ਕਹਿੰਦਾ, ਮੈਂ ਤਾੜੀ ਲਾਵਾਂਗਾ ਗੁਰੂ ਗੋਬਿੰਦ ਸਿੰਘ ਦੇ ਨਾਲ, ਅਸੀਂ ਝੁਕਾ ਹੋਇਆ। ਪਰ ਦੋਨਾਂ ਸਾਹਿਬਜ਼ਾਦਿਆਂ ਵੈਰੀ ਦੀ ਚਾਲ ਨੂੰ ਸੁਣਿਆ, ਪਹਿਲਾਂ ਆਪਣੇ ਪੈਰ ਮੰਦਰ ਕਰਕੇ ਵੈਰੀ ਨੂੰ ਚੁੱਕੀ ਵਿਖਾਈ ਹੈ। ਬੜੇ ਔਖੇ ਤਰੀਕੇ ਦੇ ਨਾਲ ਆਪ ਕਚਹਿਰੀ ਕਦਰ ਖੜੇ ਜਾ ਕੇ ਸਤਿ ਸ੍ਰੀ ਅਕਾਲ ਦੇ ਜਦੋਂ ਜਕਾਰੇ ਛੱਡੇ, ਵੇਖਣ ਵਾਲਿਆਂ ਦੇ ਮੂੰਹ ਦੇ ਵਿੱਚ ਉਗਲਾਂ ਪੈ ਗਈਆਂ। ਹੁਕਮ ਹੋ ਗਿਆ ਇਹਨਾਂ ਨੂੰ ਤਸੀਹੇ ਦਿੱਤੇ ਜਾਣ, ਤੇ ਖਾਲਸਾ ਜੀ ਬਹੁਤੇ ਅੱਜ ਇੱਥੋਂ ਤੱਕ ਜਾਣਦੇ ਕਿ ਸਾਹਿਬਜ਼ਾਦਿਆਂ ਨੂੰ ਦੀਵਾਰਾਂ ਦੇ ਵਿੱਚ ਚੜਿਆ ਗਿਆ। ਪਰ ਤਵੱਜੋ ਦਿਓ, ਪਹਿਲਾਂ ਸਾਹਿਬਜ਼ਾਦਿਆਂ ਦੇ ਹੱਥ ਜਲਾਏ ਗਏ, ਹੱਥਾਂ ਦੇ ਵਿੱਚ ਪਟਾਕੇ ਜਲਾਏ ਗਏ। ਇੱਥੇ ਬਸ ਨਹੀਂ, ਜੰਮੂਰਾਂ ਦੇ ਨਾਲ ਹੱਥਾਂ ਦੇ ਤੇ ਪੈਰਾਂ ਦੇ ਨਹੁੰ ਕੱਢੇ ਗਏ ਕਿ ਕਿਸੇ ਦਾ ਕਿਸੇ ਤਰ੍ਹਾਂ ਇਹਨਾਂ ਦੇ ਮੂੰਹ ਚੋਂ ਸੀ ਕਢਾਉਣ ਦੀ ਵਿੱਚ ਜਿਗਲੇ ਕੋਈ ਬਿਰਲਾ ਹੀ ਲਗੋ ਸਕਦਾ। ਮਾਂ ਗੁਜਰੀ ਨੀ ਤੇਰੇ ਚੰਨ ਵਰਗਾ ਚੰਨ ਹੋਰ ਕੋਈ ਨਹੀਂ ਹੋ ਸਕਦਾ। ਪਿੱਪਲ ਦੇ ਨਾਲ ਬਣ ਕੇ ਸਾਹਿਬਜ਼ਾਦਿਆਂ ਦੇ ਪਿਆਰੇ ਖਾਲਸਾ ਜੀ ਗੁਲੇਲਿਆਂ ਦੇ ਨਾਲ ਪਿਆਰੇ ਉਹ ਵੱਡੇ ਵੀ ਮਾਰੇ ਗਏ ਹੈ। ਬਾਬਾ ਫਤਿਹ ਸਿੰਘ ਦੀ ਸੱਜੀ ਅੱਖ ਦੇ ਵਿੱਚ ਜਦੋਂ ਵੱਜਿਆ ਨਾ ਗੁਲੇਲਾ, ਅੱਖ ਦੇ ਵਿੱਚੋਂ ਲਹੂ ਨਿਕਲਿਆ, ਸਿਰਠਾ ਨੂੰ ਸੁੱਟ ਲਿਆ ਤੇ ਝੂਠਾ ਨਾਲ ਕਹਿਣ ਲੱਗਾ, ਕਹਿੰਦਾ ਕਿਉਂ ਕਰੋਗੇ ਦੀਨੇ ਸਲਾਮ ਕਬੂਲ? ਸਾਹਿਬਜ਼ਾਦਾ ਕਹਿਣ ਲੱਗਾ, ਜਿੰਨੇ ਮਰਜ਼ੀ ਤਸੀਹੇ ਦੇ ਲਿਓ, ਸਾਹਿਬਜ਼ਾਦਾ ਤੇ ਜਾਵੇ ਸਾਡਾ ਸਿੱਖੀ ਸਿਰਕ ਨਾ ਜਾਵੇ। ਅੱਜ ਗੁਰੂ ਨਾਨਕ ਦੇ ਸਿੱਖਾਂ ਆਪਣੇ ਆਪ ਨੂੰ ਆਪਣੇ ਸਰੂਪ ਨੂੰ ਜਾ ਕੇ ਸ਼ੀਸ਼ੇ ਮੁਰੇ ਦੇਖੀ ਕਿ ਕਲਗੀਆਂ ਵਾਲੇ ਨੇ ਨਾਲ ਮਾਰ ਕੇ ਸਾਨੂੰ ਆਪਣੇ ਬਣਾਇਆ ਸੀ ਕਿ ਅੱਜ ਸਾਡਾ ਚਿਹਰਾ ਲੜਦਾ ਸਾਡੇ ਪਿਓ ਦੇ ਨਾਲ। ਖੈਰ ਮੈਂ ਵਿਚਾਰ ਦੇ ਵਿੱਚ ਰਹਾ, ਸਾਹਿਬਜ਼ਾਦਿਆਂ ਨੂੰ ਕਲਾਰ ਕੇ ਕਰਨ ਉਸਾਰਨੀ ਸ਼ੁਰੂ ਕੀਤੀ ਗਈ। ਮਿਸਤਰੀ ਪਿਆਰੇ ਖਾਲਸਾ ਜੀ ਦੀਵਾਰ ਨੂੰ ਚੁੱਕ ਲਿਆ, ਬਾਬਾ ਜੋੜੋ ਗੱਲ ਸਿੰਘ ਦੇ ਗੋਡਿਆਂ ਦੀ ਕਰਕੰਧ ਆਈ ਤੇ ਬਾਬਾ ਫਤਿਹ ਸਿੰਘ ਨੇ ਬਾਹ ਤੋੜ ਲਿਆ, ਕਿਉਂਕਿ ਬਾਬਾ ਜੋਰਾਵਰ ਸਿੰਘ ਵੱਡੇ ਸੀ ਤੇ ਉਹਨਾਂ ਦੇ ਗੋਡਿਆਂ ਤੋਂ ਕੰਧ ਅਰਦੀ ਸੀ ਤੇ ਜਲਾਦ ਇੱਟ ਭੰਨ ਕੇ ਇੱਟ ਲਾਉਣ ਲੱਗਾ। ਬਾਬਾ ਫਤਿਹ ਸਿੰਘ ਕਹਿੰਦਾ, ਹੋਏ ਇਹ ਸਿੱਖੀ ਦੀ ਨਹੀਂ ਆ, ਇਹਦੀ ਇੱਟ ਨੂੰ ਭੰਨ ਕੇ ਨਾ ਲਾਵੀ, ਆ ਬੇਸ਼ੱਕ ਸਾਡੇ ਗੋਡੇ ਛਿੱਲਦੇ। ਜਦੋਂ ਜਲਾਦ ਨੇ ਤੇਸੀ ਮਾਰ ਕੇ ਗੋਡੇ ਛਿੱਲੇ ਨਾ, ਇਹ ਕੁੜਾ ਤੁਰਲਾ ਉੱਠਿਆ, ਤੂੰ ਬਾਹਰ ਨਿਕਲ ਗਿਆ। ਉਹ ਪਿਆਰੇ ਖਾਲਸਾ ਜੀ ਮੁੜ ਕੇ ਮਿਸਤਰੀ ਚੰਗਾ ਹੋ ਗਿਆ ਸੀ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਤੱਕ ਕੇ। ਹੁਣ ਜਦੋਂ ਬਾਬਾ ਫਤਿਹ ਸਿੰਘ ਦੀ ਗਰਦਨ ਤੱਕ ਆਈ, ਬਾਬਾ ਜੋਰਾਵਰ ਸਿੰਘ ਨੇ ਆਪਣੇ ਵੀਰ ਨੂੰ ਰੱਜ ਕੇ ਵੇਖਿਆ, ਕਹਿੰਦਾ ਫਤਿਹ ਸਿੰਘਾ ਲੈ ਚੱਲਿਆ ਇਹ ਨੰਬਰ, ਜਨਮ ਮੈਂ ਤੇਰੇ ਤੋਂ ਪਹਿਲਾਂ ਲਿਆ, ਸ਼ਸਤਰ ਵਿਦਿਆ ਸ਼ਾਸਤਰ ਵਿਦਿਆ ਮੈਂ ਤੇਰੇ ਤੋਂ ਪਹਿਲਾਂ ਸਿੱਖੀ, ਪਰ ਵਿਦਿਆ ਸ਼ਹੀਦ ਤੂੰ ਮੇਰੇ ਤੋਂ ਪਹਿਲਾਂ ਹੋਣ ਜਾ ਰਿਹਾ। ਦੋਨਾਂ ਵੀਰਾਂ ਨੇ ਆਪਸ ਵਿੱਚ ਫਤਿਹ ਬੁਲਾਈ, ਜਪਜੀ ਸਾਹਿਬ ਦਾ ਜਾਪ ਪਿਆਰੇ ਖਾਲਸਾ ਜੀ ਸੰਪੂਰਨ ਹੋਇਆ, ਤਦ ਉਸਾਰ ਦਿੱਤੀ ਗਈ। ਐਸੀ ਕਾਲੀ ਗੋਰੀ ਹਨੇਰੀ ਆਈ ਪਿਆਰੇ ਖਾਲਸਾ ਜੀ, ਕੱਲ ਦੜ ਦੜ ਕਰਦੀ ਡਿੱਗ ਪਈ, ਦੋਨੇ ਕਲਗੀਆਂ ਵਾਲੇ ਦੇ ਨਾਲ ਬੇਹੋਸ਼ ਹੋਏ। ਅਜੇ ਵੀ ਪਾਪੀ ਦਾ ਮਨ ਭਰਿਆ ਨਹੀਂ, ਸਮਾਣੇ ਦੇ ਜਲਾਦ ਸ਼ਾਸਨ ਬੇਗ ਦੇ ਬਾਸ਼ਨ ਬੇਗ ਦੇ ਕਲਗੀਆਂ ਵਾਲੇ ਦੇ ਨਾਲ ਦੇ ਛਾਤੀਆਂ ਉੱਪਰ ਗੋਡੇ ਲੱਗੇ, ਗਰਦਨਾਂ ਦੇ ਉੱਪਰ ਹੌਲੀ ਹੌਲੀ ਛੁਰੀਆਂ ਫਿਰ ਕੇ ਜਿਵਾ ਕਰ ਦਿੰਦੇ। ਬੱਚਿਆਂ ਦੀ ਪੀੜਤਾ ਪਖੇਰੂ ਵੀ ਨਹੀਂ ਚੱਲਦੀ, ਪਰ ਵੇਖੋ ਇਤਿਹਾਸ ਗਵਾਹੀ ਦਿੰਦਾ, ਜਦੋਂ ਬਾਬਾ ਫਤਿਹ ਸਿੰਘ ਦੀ ਸਾਹ ਵਾਲੀ ਨਸ ਕੱਟੀ ਗਈ ਨਾ, 12 ਸੈਕਿੰਡ ਬਾਬਾ ਜੀਆਂ ਦਾ ਸਰੀਰ ਤੜਫਦਾ ਰਿਹਾ ਗਿਆ। ਆ ਕਵੀ ਨੇ ਕਮਾਲ ਦੀਆਂ ਸਤਰਾਂ ਲਿਖੀਆਂ, ਮੈਂ ਬੇਨਤੀ ਕਰਾਂ ਉਸ ਵੇਲੇ ਦੇ ਸੀਨ ਨੂੰ ਆਪਣੀਆਂ ਅੱਖਾਂ ਸਾਹਮਣੇ ਲੈ ਕੇ ਆਇਓ ਕਿ ਕਿਵੇਂ ਉਹ ਕਲਗੀਆਂ ਵਾਲੇ ਦੇ ਨਾਲ
ਜੋ ਬੜੀਆਂ ਕੀਮਤੀ ਜਿੰਦਾ ਨੀਹਾਂ ਵਿੱਚ ਆਣ ਖਲੋ ਗਈਆਂ ਹੋਰ ਸਮਝੇ।
ਜਾਂਦਾ ਤੇ ਜਾਵੇ ਸਾਡਾ ਸਖੀ ਸਿੱਧਕ ਨਾ ਜਾਵੇ। ਮਾਤਾ ਜੀ ਕਹਿੰਦੇ ਚੰਗਾ ਮੋਤੀ ਰਾਮਾ ਮੈਂ ਵੀ ਕਰਦੀ ਆ ਮੇਰੇ ਬੱਚਿਆਂ ਦਾ ਮੇਰੇ ਬਿਨਾਂ ਜੀ ਨਹੀਂ ਲੱਗਣਾ। ਇਹ ਕਹਿ ਕੇ ਮਾਤਾ ਜੀ ਵੀ ਬ੍ਰਹਮਣੀ ਹੋ ਗਏ ਸਭ ਆਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਯਾਦ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੋਈ ਜਿੰਨਾ ਵੀ ਗਰੀਬ ਪਰਿਵਾਰ ਹੋਵੇ ਜਦੋਂ ਕੋਈ ਚੜ੍ਹਾਈ ਕਰਦਾ ਹੈ ਨਾ ਉਹਦੇ ਮਗਰ ਜਾਣ ਵਾਲੇ 30 ਜਾਂ 40 ਦੀ ਗਿਣਤੀ ਚ ਹੁੰਦੇ ਆ ਪਰ ਤੱਕੋ ਕਣਕੀਆਂ ਵਾਲੇ ਦੀ ਮਾਂ ਸ਼ਹੀਦ ਹੋਈ ਹੈ ਗੋਲਾਰ ਸ਼ਹੀਦ ਹੋਏ ਮਗਰ ਜਾਣ ਵਾਲਾ ਵੀ ਕੋਈ ਨਹੀਂ। ਇੱਥੋਂ ਤੱਕ ਨਵਾਬ ਟੋਡਰ ਮੱਲ ਨੇ ਆਪਣਾ ਸਾਰਾ ਕੁਝ ਗੁਰੂ ਦੇ ਨਾਮ ਤੋਂ ਕੁਰਬਾਨ ਕਰਕੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਥਾਂ ਖਰੀਦੀ ਹੈ ਜਿੱਥੇ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨਾ। 4 ਮਜ਼ਦੂਰ ਜਿਨ੍ਹਾਂ ਨੂੰ ਪਿਆਰੇ ਖਾਲਸਾ ਜੀ ਮਾਇਆ ਦਿੱਤੀ ਹੈ ਮਾਤਾ ਜੀਆਂ ਦਾ ਸਰੀਰ ਚੱਕਣ ਵਾਸਤੇ ਬਾਬਾ ਫਤਿਹ ਸਿੰਘ ਨੂੰ ਸ਼ਹੀਦ ਹੋਏ ਦੇ ਸਰੀਰ ਨੂੰ ਨਵਾਬ ਟੋਡਰ ਮੱਲ ਦੀ ਪਤਨੀ ਨੇ ਆਪਣੇ ਗਲ ਦੇ ਨਾਲ ਲਾਇਆ ਹੋਇਆ ਹੈ ਤੇ ਖਾਲਸਾ ਜੀ ਬਾਬਾ ਜੋਰਾਵਰ ਸਿੰਘ ਨੂੰ ਨਵਾਬ ਟੋਡਰ ਮੱਲ ਨੇ ਚੁੱਕਿਆ ਅੱਗੇ ਅੱਗੇ ਮੋਤੀ ਰਾਮ ਤੁਰਿਆ ਜਾ ਰਿਹਾ ਜਿਹਨੂੰ ਮਾਤਾ ਨੇ ਵਰ ਦਿੱਤਾ ਧਨ ਮੋਤੀ ਜਿੰਨ ਪੁੰਨ ਕਮਾਇਆ ਗੁਰੂ ਲਾਲਾ ਤਾਈ ਦੁੱਖ ਦੇ ਪਿਆਰੇ ਖਾਲਸਾ ਜੀ ਸਦਾ ਦੀ ਨੀਂਦ ਸੁੱਤੇ ਹੋਏ ਪੋਤਰਿਆਂ ਨੂੰ ਵੀ ਦਾਦੀ ਦੀ ਹੇਕ ਤੇ ਰਟਾ ਦਿੱਤਾ ਸਾਹਿਬਜ਼ਾਦਿਆਂ ਦਾ ਸੰਸਕਾਰ ਹੋਇਆ। ਇੱਧਰ ਕਲਗੀਧਰ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਾਛੀ ਵਾਲੇ ਦੇ ਜੰਗਲ ਕੰਨਿਆਂ ਦੀ ਸੇਜ ਤੇ ਸੌ ਕੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਲੋਕ ਰਜਾਈਆਂ ਦਾ ਓਡਣ ਨਾਗ ਨਵਾਸਾਂ ਦੇ ਰਹਿਣਾ ਸੂਲ ਸੁਲਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੇ ਦਾ ਸਾਨੂੰ ਸਤਨ ਚੰਗਾ ਪੱਟ ਖੇੜਿਆਂ ਦੇ ਵਾਰ ਦੀ ਇਹ ਸੁੱਧ ਚਾਰ ਮੂਏ ਤੋਂ ਕਿਆ ਭਇਆ ਜੀਵਤ ਕਈ ਹਜ਼ਾਰ ਸਾਹਿਬ ਜੀ ਕਹਿੰਦੇ ਮੇਰੇ ਕੋਲੋਂ 4 ਚਲੇ ਗਏ ਕੀ ਹੋ ਗਿਆ ਅੱਜ ਇਹਨਾਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਕਿ ਮੇਰੀ ਨੇ। ਆਪਾਂ ਸਾਰੇ ਸਿੱਖ ਭੈਣ ਭਾਈ ਬਜ਼ੁਰਗ ਬੈਠੇ ਆ ਮਤਾਵਾਂ ਬੈਠੀਆਂ ਵਿਚਾਰ ਕਰ ਲਈਏ ਕਲਗੀਆਂ ਵਾਲੇ ਨੇ ਕੀ ਆਖਿਆ ਖਾਲਸਾ ਦੇਹੋ ਰੂਪ ਹੈ ਖਾਲਸੇ ਦੇਹੋ ਖਾਲਸਾ ਮੇਰੋ ਪਿੰਡ ਪ੍ਰਧਾਨ ਖਾਲਸਾ ਮੇਰੀ ਜਾਨ ਦੀ ਜਾਨ ਤੇ ਸ਼ੀਸ਼ੇ ਵੱਲ ਨੂੰ ਵੇਖਿਓ ਜਿਹੜੇ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਕੇਸ ਕਤਲ ਕਰਵਾਉਂਦੇ ਨੇ ਚਾਹੇ ਮੇਰੀਆਂ ਭੈਣਾਂ ਚਾਹੇ ਮਾਤਾਵਾਂ ਤੇ ਚਾਹੇ ਵੀਰ ਬਜ਼ੁਰਗ ਗੌਰ ਕਰਿਓ ਤੁਹਾਨੂੰ ਕੀ ਲੱਗਦਾ ਕਿ ਕਲਗੀਆਂ ਵਾਲੇ ਨੂੰ ਖੁਸ਼ੀ ਹੋਈ ਹੋਵੇਗੀ ਚਾਰ ਵਾਰੇ ਨੇਤਰਾਂ ਚੋਂ ਇੱਕ ਵੀ ਅਥਰੂ ਨਹੀਂ ਡਿੱਗਿਆ ਇਸ ਸਮਾਗਮ ਕਲਗੀਆਂ ਵਾਲੇ ਦੇ ਨੇਤਰਾਂ ਚੋਂ ਇੱਕ ਅਥਰੂ ਨਹੀਂ ਆਇਆ ਇੱਥੋਂ ਤੱਕ ਕਿ ਜਦੋਂ ਕਲਗੀਆਂ ਵਾਲੇ ਦੇ 2 ਵੱਡੇ ਫਰਜ਼ੰਦ ਸ਼ਹੀਦ ਹੋਏ ਉਦਨ ਕਲਗੀਆਂ ਵਾਲੇ ਦਾ 39ਵਾਂ ਜਨਮ ਦਿਹਾੜਾ ਸੀ। ਅੱਜ ਜਨਮ ਦਿਹਾੜੇ ਅਸੀਂ ਆਪਣੇ ਕਿਵੇਂ ਮਨਾਉਂਦੇ ਹਾਂ ਕੋਈ ਕੇਕ ਕੱਟਦਾ ਕੋਈ ਵੱਡੀਆਂ ਵੱਡੀਆਂ ਪਾਰਟੀਆਂ ਅਰੇਂਜ ਕਰਦਾ ਉੱਥੇ ਸ਼ਰਾਬਾਂ ਦੇ ਦੌਰ ਉੱਥੇ ਬੱਕਰੇ ਵੱਡੇ ਜਾਂਦੇ ਆ ਕੁੱਕੜ ਵੱਡੇ ਜਾਂਦੇ ਆ ਪਰ ਕਲਗੀਆਂ ਵਾਲੇ ਨੇ ਅੱਖਾਂ ਸਾਹਮਣੇ ਨਾਨਾ ਨੂੰ ਸ਼ਹੀਦ ਹੁੰਦਿਆਂ ਦੇਖਿਆ ਗੌਰ ਕਰਿਓ ਧੰਨ ਮੇਰਾ ਸਾਹਿਬ ਅੱਜ ਇਹ ਗੱਲ ਮੈਂ ਦਾਅਵੇ ਨਾਲ ਕਹਿੰਦੀ ਹਾਂ ਅੱਜ ਮੇਰੇ ਕਲਗੀਆਂ ਵਾਲੇ ਦੇ ਨੇਤਰਾਂ ਦੇ ਵਿੱਚੋਂ ਅੱਥਰੂ ਜ਼ਰੂਰ ਆਉਂਦੇ ਹੋਣਗੇ ਜਦੋਂ ਮੇਰੀਆਂ ਭੈਣਾਂ ਨੂੰ ਬਿਊਟੀ ਪਾਰਲਰ ਅੱਗੇ ਬੈਠਿਆਂ ਨੂੰ ਵੇਖਦਾ ਹੋਊਗਾ ਜਦੋਂ ਵੀਰਾਂ ਨੂੰ ਲਾਈਨਾਂ ਦੀਆਂ ਦੁਕਾਨਾਂ ਅੱਗੇ ਇਹ ਸਜਾਈ ਹੈ ਨੌਜਵਾਨ ਜਾਂਦੇ ਤੇ ਬੜੇ ਚਾਅ ਦੇ ਨਾਲ ਸਰਹੱਦ ਦੀ ਧਰਤੀ ਤੇ ਪਰ ਇੱਕ ਮੇਲਾ ਵੇਖਣ ਵਾਸਤੇ ਉੱਥੇ ਪਿਆਰੇ ਖਾਲਸਾ ਜੀ ਹਵਾ ਕਰਨ ਦੇ ਵਾਸਤੇ ਕਿਉਂਕਿ ਪੰਜਾਬੀ ਭਾਸ਼ਾ ਦੇ ਲਫ਼ਜ਼ ਸਿੱਧੇ ਹੀ ਆ ਇਹੋ ਕੁਝ ਕਰਨ ਜਾਂਦੇ ਆ। 2 ਦਿਨ ਪਹਿਲਾਂ ਨਾਈ ਦੇ ਅੱਗੇ ਜਾ ਕੇ ਪੈਂਦੇ ਮੈਨੂੰ ਚੰਗੀ ਤਰ੍ਹਾਂ ਮੁੱਲ ਦੇ ਕਿਉਂਕਿ ਮੈਂ ਸਰਹੱਦ ਚਲੇ ਆਏ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਚਲੇ ਆਏ ਮੈਂ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਜਾ ਕੇ ਆਪਣਾ ਮੂੰਹ ਵਿਖਾਉਣਾ ਕਿ ਤੁਹਾਡੀ ਦਿੱਤੀ ਕੁਰਬਾਨੀ ਇੰਨੀ ਕੁ ਯਾਦ ਰੱਖੀ ਕੀ ਅੱਜ ਕਲਗੀਆਂ ਵਾਲਾ ਖੁਸ਼ ਹੁੰਦਾ ਹੋਵੇਗਾ ਬਿਲਕੁਲ ਨਹੀਂ ਜਿਸ ਗੁਰੂ ਨੇ ਸਾਰਾ ਕੁਝ ਹੀ ਵਾਰ ਦਿੱਤਾ ਤੇ ਅੱਜ ਜੇ ਪਿਆਰੇ ਖਾਲਸਾ ਜੀ ਉਸ ਗੁਰੂ ਨੂੰ ਭੁਲਾ ਕੇ ਬਹਿ ਗਏ ਤੇ ਕਿੱਥੋਂ ਖੁਸ਼ੀਆਂ ਲੈ ਲਵਾਂਗੇ ਅਜੇ ਵੀ ਬੁੱਲੇ ਬਿਰਾਂ ਦਾ ਕੁਝ ਨਹੀਂ ਵਿਗੜਿਆ ਸ਼ਰਨ ਵਿੱਚ ਆਓ ਇਹ ਮੇਰਾ ਆਪਣਾ ਇਲਾਕਾ ਹੈ ਦੁਆਬੇ ਦੀ ਧਰਤੀ ਪਰ ਜੇ ਮਾਝੇ ਦੀ ਧਰਤੀ ਪ੍ਰਕਾਸ਼ ਤੇ ਪਿਆਰੇ ਖਾਲਸਾ ਜੀ ਪੂਰਾ ਆਪਣੇ ਬਾਣੇ ਦੇ ਵਿੱਚ ਤੇ ਦੁਕਾਨ ਤੇ ਗਿਆ ਲਾਲਾ ਬੈਠਾ ਦੁਕਾਨ ਤੇ
ਹੁਣ ਉਸ ਪਿਆਰੇ ਨੇ ਜਾ ਕੇ ਜੋ ਉਹਨੂੰ ਸਮਾਨ ਚਾਹੀਦਾ ਸੀ ਦੱਸ ਦਿੱਤਾ, ਲਾਲੇ ਨੇ ਲਿਫਾਫੇ ਚ ਪਾ ਦਿੱਤਾ। ਤੇ ਜਦੋਂ ਮਾਇਆ ਮੰਗੀ ਤੇ ਉਸ ਸਿੱਖ ਦੇ ਕੋਲ ਮਾਇਆ ਥੋੜੀ ਸੀ, ਮਾਇਆ ਕੱਟ ਗਈ। ਦੁਕਾਨਦਾਰ ਕਹਿੰਦਾ ਕਿ ਕੋਈ ਨੀ ਖਾਲਸਾ ਜੀ, ਤੁਸੀਂ ਸਮਾਨ ਲੈ ਜਾਵੋ, ਜਦੋਂ ਮਾਇਆ ਆਵੇਗੀ ਕੋਲ ਦੇ ਦਿਓ। ਤੇ ਉਹ ਸਿੱਖ ਕਹਿਣ ਲੱਗਾ, ਭਾਈ ਮੈਨੂੰ ਨੀ ਪਤਾ ਕਦੋਂ ਮੇਰੇ ਕੋਲ ਮਾਇਆ ਆਵੇ ਜਾਂ ਨਾ ਆਵੇ, ਕਿਉਂਕਿ ਮੈਂ ਧਿਆਨੀਆਂ ਕਰਕੇ ਮਸਾਂ ਤੇ ਆਪਣੇ ਟੱਬਰ ਨੂੰ ਪਾਲਦਾ, ਹੋਰ ਬੜਾ ਘਟੋਦਾ ਖਰੀਦਣ ਦੇ ਵਾਸਤੇ, ਮੈਂ ਕਿਵੇਂ ਦਿਆਂਗਾ ਮਾਇਆ। ਤੇ ਦੁਕਾਨਦਾਰ ਕਹਿੰਦਾ ਕਿ ਮੈਂ ਤੇਰੇ ਤੇ ਭਰੋਸਾ ਕਰਦਾ, ਇੰਜ ਕਰ ਆਪਣੇ ਕੇਸਾਂ ਚ ਗੰਗਾ ਕਰ, ਜਿਹੜੇ ਕੇਸ ਨਿਕਲਣਗੇ ਉਹਨਾਂ ਚੋਂ ਇੱਕ ਕੇਸ ਮੈਨੂੰ ਦੇ ਦੀ, ਤੇ ਮੈਂ ਜਾਣਦਾ ਕਿ ਤੂੰ ਇੱਕ ਨਾ ਇੱਕ ਦਿਨ ਆਪਣਾ ਇਹ ਕੇਸ ਲੈਣ ਵਾਸਤੇ ਮੇਰੀ ਦੁਕਾਨ ਤੇ ਜ਼ਰੂਰ ਆਵੇਂਗਾ। ਅੱਜ ਜਦੋਂ ਲਾਈ ਕੋਲ ਜਾਂਦੇ ਹੋ ਕਿੰਨੇ ਕੇਸ ਰੁੜਦੇ ਨੇ, ਗਲੀਆਂ ਸੜਕਾਂ ਨਾਲੀਆਂ ਰੂੜੀਆਂ ਤੇ ਸਾਡੇ ਕੇਸ ਖਿੰਦਦੇ ਨੇ, ਪਰ ਨਾ ਜੀ ਕੇਸ ਕਹਿੰਦਾ ਜਿਹੜੇ ਇਹ ਗੁਰੂ ਦੀ ਮੋਹਰ ਹੈ। ਤੇ ਕਵੀ ਕਹਿੰਦਾ ਜਿਹੜੇ ਭੁੱਲ ਜਾਂਦੇ ਕਾਰਨਾਮੇ ਪਿਓ ਦਾਦਿਆਂ ਦੇ, ਪੁੱਲ ਫਿੱਟ ਕਰਾਂ ਲੋਕੀ ਉਹਨਾਂ ਦੀ ਔਲਾਦ। ਹੁਣ ਪੈਣਾ ਧਿਆਨ ਦੇਣ ਇਤਿਹਾਸ ਅੰਦਰ ਜ਼ਿਕਰ ਉਹਨਾਂ ਮਾਤਾ ਬੇਅੰਤ ਕੌਰ ਦਾ, ਜਿਹਦੀ ਗੋਦ ਦੇ ਵਿੱਚ 6 ਮਹੀਨਿਆਂ ਦਾ ਲਾਲ ਹੱਸ ਰਿਹਾ, ਇੱਕ ਪੁੱਤਰ ਜਿਹਨੇ ਪੇਸ਼ਾਬ ਤੋਂ ਮਾਂ ਦੇ ਗਲ ਨੂੰ ਬਾਹਾਂ ਪਾਈਆਂ ਅਜੈ ਸਿੰਘ, ਤੇ ਮਾਂ ਸਾਰੇ ਖਾਲਸਾ ਜੀ ਇਹ ਮਾਂ ਦੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਕੀਤਾ, ਮਾਂ ਦੇ ਮੁੱਖ ਚੋਂ ਹਾਏ ਨਹੀਂ ਤੇਰਾ ਕੀਆ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਨੀ ਮਿਲਣਾ। ਹੁਣ ਇੱਥੇ ਬਸ ਨਹੀਂ ਕੀਤੀ, 6 ਮਹੀਨਿਆਂ ਦਾ ਬੱਚਾ ਜਿਹੜਾ ਮਾਂ ਵੱਲ ਵੇਖ ਕੇ ਹੱਸ ਰਿਹਾ ਸੀ, ਜਦੋਂ ਦੁਨੀਆਦਾਰੀ ਦਾ ਕੁਝ ਪਤਾ ਨਹੀਂ ਉਹਨੂੰ ਵੀ ਬਾਗੀ ਕਹਿ ਦਿੱਤਾ, ਮਾਂ ਦੀਆਂ ਅੱਖਾਂ ਦੇ ਸਾਹਮਣੇ 6 ਮਹੀਨਿਆਂ ਦਾ ਬੱਚਾ ਬਗਾ ਕੇ ਤਾਂ ਨੂੰ ਸੁੱਟਿਆ, ਥੱਲੇ ਨੇਜਾ ਕਰ ਦਿੱਤਾ। ਤੇ ਖਾਲਸਾ ਜੀ ਮਾਂ ਦੇ ਮੁੱਖ ਚੋਂ ਨਿਕਲਦਾ ਮੇਰਾ ਮੁਜਵੇ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ ਤੁਮਕੋ ਸੌਂਪ ਕੇ ਗਿਆ ਲਾਜਾ। ਤੇ ਇੱਥੇ ਬਸ ਨਹੀਂ ਕੀਤੀ, ਟੋਟੇ ਟੋਟੇ ਕਰਕੇ ਬੱਚੇ ਦੇ ਨਿੱਕੀਆਂ ਨਿੱਕੀਆਂ ਬੋਟੀਆਂ ਕਰਕੇ ਆਦਰਾਂ ਦੇ ਨਾਲ ਹਾਰ ਪਿਓ ਕੇ ਮਾਂ ਦੇ ਗਲ ਦੇ ਵਿੱਚ ਪੁੱਤਰ ਦਾ ਹਾਰ ਪਾਇਆ। ਮਾਂ ਅਡੋਲ ਬੈਠੀ, ਸਵਾ ਸਵਾ ਮਰਦਾ ਪਿਆਰੇ ਖਾਲਸਾ ਜੀ ਪੀਸਣਾ ਪੀਸਿਆ, ਖੰਡੇ ਖੰਡੇ ਪ੍ਰਸ਼ਾਦੇ ਤੇ ਗੁਜ਼ਾਰਾ ਹੋ ਗਿਆ। ਸ਼ਾਮ ਨੂੰ ਜਦੋਂ ਬੱਚਿਆਂ ਦੇ ਸਰੀਰ ਇਕੱਤਰ ਕੀਤੇ, ਉਹ ਟੋਟੇ ਟੋਟੇ ਹੋਏ ਸੰਸਕਾਰ ਕਰਨ ਲੱਗੇ ਤੇ ਅਰਦਾਸ ਵੀ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ। ਹਾਲਾਂਕਿ ਸਾਰਾ ਦਿਨ ਬੱਚਿਆਂ ਨੂੰ ਕਰਲਾਉਂਦਿਆਂ ਵੇਖਿਆ, ਆਪਣੇ ਤੋਂ ਦੂਰ ਹੁੰਦੇ ਲਾਲਾ ਨੂੰ ਵੇਖਿਆ, ਸ਼ਹੀਦ ਹੋਏ ਨੇ, ਪਰ ਜਿਹੜਾ ਵੇਖੋ ਮਹਾਰਾਜ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ ਤੇ ਰਾਤ ਸੁੱਖਾਂ ਦੀ ਬਤੀਤ ਕਰਾਉਣੀ। ਪ੍ਰਣ ਕਰਕੇ ਜਾਈਏ ਅੱਜ ਗੁਰੂ ਦੇ ਕੋਲ, ਮਹਾਰਾਜ ਅੱਛਾ ਸਾਡੇ ਤੇ ਰਹਿਮਤ ਕਰ, ਅੱਜ ਪ੍ਰਣ ਕਰਦੇ ਆ, ਅੱਜ ਤੋਂ ਬਾਅਦ ਦਾਤਾ ਅਸੀਂ ਕਦੇ ਵੀ ਆਪਣੇ ਕੇਸਾਂ ਦੀ ਬੇਅਦਬੀ ਨਹੀਂ ਕਰਾਵਾਂਗੇ, ਤੇ ਮੇਰੀਆਂ ਭੈਣਾਂ ਵੀ ਪ੍ਰਣ ਕਰਨ, ਕਿਉਂਕਿ ਅਸੀਂ ਇਹ ਤਾਂ ਕਹਿੰਦੇ ਨੇ ਜੀ ਸਿੱਖੀ ਤਾਂ ਦਿਲ ਝੁੜੀ ਜਾਏਗੀ, ਦਿਖਾਵਾ ਕੀ ਕਰਨਾ। ਪਰ ਕਲ ਕੀ ਤੇਰੇ ਪਾਤਸ਼ਾਹ ਮਹਾਰਾਜ ਨੂੰ ਝੂਠਾ ਪਾਓਗੇ ਕਿ ਸਾਹਿਬ ਜੀ ਤੁਸੀਂ ਤੇ ਕਿਹਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀ, ਰਹਿਤ ਵਿੱਚ ਬਾਣੀ ਵੀ ਹੁੰਦੀ ਹੈ ਤੇ ਬਾਣਾ ਵੀ ਹੁੰਦਾ ਹੈ। ਮਹਾਰਾਜ ਨੇ ਸ਼ਸਤਰ ਧਾਰੀ ਬਣਾਇਆ ਕਿਉਂਕਿ ਚੜ੍ਹਦੀ ਕਲਾ, ਤੇ ਹੁਣ ਉਹ ਖੜੇ ਕਰਨਾ ਜਿਨ੍ਹਾਂ ਨੇ ਆਪਣੇ ਗੁਰੂ ਦੀ ਮੰਨੀ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਤੇ ਕੇਸਾਂ ਨੂੰ ਕੈਂਚੀ ਨਹੀਂ ਲਵਾਈ। ਬੜੇ ਵਰਲੇ ਆ ਇਹ ਤੇ ਪਾਈ ਗਣਤੀ ਦੇ ਰਹਿ ਗਏ ਨਾ ਜੀ, ਪ੍ਰਣ ਕਰੋ। ਹੁਣ ਉਹ ਬਾਵਾਂ ਖੜੀਆਂ ਕਰਨਗੇ ਜਿਹੜੇ ਅੱਜ ਪ੍ਰਣ ਕਰਕੇ ਜਾਂਦੇ ਆ, ਕਲਗੀਆਂ ਵਾਲਿਆ ਬਾਪੂਆ ਅਸੀਂ ਤਾਂ ਭੁੱਲ ਗਏ ਸੀ, ਪਰ ਜਿੱਥੇ ਮਾਂ ਸਿੰਘ ਹੋਣਾ ਨੂੰ ਬਖਸ਼ ਦਿੱਤਾ ਇੱਥੇ ਸਾਡੀ ਵੀ ਮਾਂ ਫਰਦ ਹੈ। ਕਿੰਨੇ ਗੁਣੇ ਜਿਹੜੇ ਅੱਜ ਪ੍ਰਣ ਕਰਦੇ ਕਿ ਭਾਈ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਂਗੇ, ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਅਸੀਂ ਆਪਣੇ ਕੇਸ ਰੱਖਾਂਗੇ, ਪਹਿਲਾਂ ਰਹਿਤ ਰੱਖਾਂਗੇ। ਕਿੰਨੇ ਗੁਣੇ ਇੱਥੇ ਸਾਰਾ ਨਚੋੜ ਨਿਕਲ ਜਾਣਾ ਸਮਾਗਮਾਂ ਦਾ ਹੈ ਕੋਈ, ਬੜੀ ਚੜ੍ਹਦੀ ਕਲਾ। ਤੇ ਮੈਂ ਆਪਣੇ ਇਹਨਾਂ ਦੋਨਾਂ ਵੀਰਾਂ ਨੂੰ ਕਹਾਂ, ਆਪ ਹੀ ਪ੍ਰਬੰਧਕ ਨੇ, ਕਿ ਜਦੋਂ ਸਰੋਪਾ ਭਾਵੇ ਸਾਨੂੰ ਜਿਹੜਾ ਪਾਉਣਾ, ਮੈਂ ਆਪਣੇ ਬਜ਼ੁਰਗਾਂ ਨੂੰ ਕਹਾਂ ਕਿ ਉਹ ਮਾਨ ਇਹਨਾਂ ਨੂੰ ਦੇ ਦਿਆ ਜੀ, ਤੇ ਸੰਗਤ ਦੇ ਵਿੱਚੋਂ ਸਾਰੇ ਰਲ ਕੇ ਜਗਾਲਾ ਛੱਡ ਦਿਓ, ਕਿਉਂਕਿ ਸੰਗਤ 'ਚ ਕਈ ਵਾਰ ਇਹੋ ਜਿਹੀਆਂ ਰੂਹਾਂ ਬੈਠੀਆਂ ਹੁੰਦੀਆਂ ਜ਼ਿੰਦਗੀ ਪਲਾਂ 'ਚ ਬਦਲ ਜਾਂਦੀ ਹੈ, ਤੇ ਜਗਾਲਾ ਛੱਡ ਦੇਵੋ ਕਿ ਵੀਰ ਇਸੇ ਤਰ੍ਹਾਂ ਮਹਾਰਾਜ ਨਾਲ ਜੁੜੇ ਰਹਿਣ। ਹੁਣ ਮਹਾਰਾਜ ਪਾਤਸ਼ਾਹ ਇਹਨਾਂ ਨੂੰ ਆਪਣਾ ਹੀ ਰੂਪ ਦੇ ਦੇਣ, ਜਗਾਲਾ ਛੱਡ ਦਿਓ ਸਾਰੇ ਰਲ ਕੇ। ਇਹ ਹੁਣ ਸਾਡੇ ਸਮਾਗਮ ਮਨਾਏ ਸਭ ਨੇ, ਨਹੀਂ ਤੇ ਅੱਜ ਸਾਨੂੰ
ਜਦੋਂ ਪੋਸਟਰ ਛਪਾਉਣੇ ਪੈਂਦੇ ਥੱਲੇ ਇਹੋ ਹੀ ਲਿਖਣਾ ਪੈਂਦਾ, ਚਾਹ ਪਕੌੜਿਆਂ ਦਾ ਨਗਰ, ਚਾਹ ਜਲੇਬਾਂ ਦਾ ਨਗਰ ਅਟੁੱਟ ਵਰਤੇਗਾ। ਫਿਰ ਬਾਈ ਨਗਰ ਵਾਲੇ ਪਾਸੇ ਜਾਂਦੀ ਸੰਗਤ ਹੁੰਦੀ ਹੈ ਪੰਡਾਲ 'ਚ ਤਾਂ ਕੋਈ ਵਿਰਲਾ ਵਿਰਲਾ ਹੀ ਬੈਠਾ ਹੁੰਦਾ ਜਿਹਨੂੰ ਬਾਣੀ ਦੀ ਭੁੱਖ ਲੱਗੀ ਹੁੰਦੀ ਹੈ। ਇਸ ਕਰਕੇ ਭਾਈ ਆ ਸ਼ਾਇਰ ਦੀਆਂ ਲਿਖੀਆਂ ਕਮਾਲ ਦੀਆਂ ਸਦਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਿਪਕਾਰਾਂ ਨੂੰ ਯਾਦ ਕਰੀਏ। ਅੰਮ੍ਰਿਤ ਦੇ ਕੇ ਕਿਧੜੋ ਸ਼ੇਰ
ਸਤਿਗੁਰੂ ਨੇ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰੋ ਤੇਰੇ ਸਾਚਾ ਨਾਮ ਮੇਰਾ ਆਧਾਰ ਪੂਰੇ ਗੁਰ ਤੇ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵੀਆ ਵਾਜੇ ਪਰਮੀ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਕਰਨੋ ਨਿਧਾ ਵੈ ਧਾਏ ਸਭ ਥਾਈ ਹੋਈ ਜੀ ਸਹਾਏ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜੀ ਸਭ ਥਾਈ ਹੋਈ ਜੀ ਸਹਾਏ ਦਸਾਂ ਪਾਤਸ਼ਾਹ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦੇ ਧਿਆਨ ਤਰ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕਿਣ ਜਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਆਰਿਆਂ ਨਾਲ ਚਰਾਏ ਗਏ ਚਰਖੜੀਆਂ ਤੇ ਚੜੇ ਦੇਗਾਂ ਚੋਂ ਬਾਲੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਪੰਜੋਂ ਤਖਤੋਂ ਸਰਬੱਤ ਗੁਰਦੁਆਰਿਓਂ ਗੁਰਧਾਮੋਂ ਕਾ ਧਿਆਨ ਤਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਦੀ ਹਰ ਮੈਦਾਨ ਫਤਿਹ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਹੋਣਗੇ
ਜੁਗ ਜੁਗ ਅਟਲ ਧਰਮ ਕੇ ਜੈਕਾਰ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ, ਆਪ ਅਕਾਲ ਪੁਰਖ ਅੰਤਰਜਾਮੀ। ਧੰਨ 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 ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਜੀ। ਸਰਬੱਤ ਨਗਰ ਨਿਵਾਸੀ ਗੁਰੂ ਦੀਆਂ ਸੰਗਤਾਂ ਨੇ ਰਲ ਮਿਲ ਕੇ ਸਤਿਗੁਰੂ ਪਾਤਸ਼ਾਹ ਜੀਓ, ਧੰਨ ਧੰਨ। ਸ਼ਹੀਦੀ ਦਿਵਸ ਮਨਾਏ ਗਏ ਹਨ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਜਿਨ੍ਹਾਂ ਦੇ ਸ਼ਹੀਦੀ ਸਮਾਗਮ ਮਨਾਏ ਗਏ ਹਨ ਸਤਿਗੁਰੂ ਪਾਤਸ਼ਾਹ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਆਰੰਭ ਹੋਏ ਸਨ ਮਹਾਰਾਜ। ਭੋਗ ਤੋਂ ਉਪਰੰਤ ਢਾਡੀ ਸਿੰਘਾਂ ਨੇ ਸਤਿਗੁਰੂ ਪਾਤਸ਼ਾਹ ਜੀ ਸੰਗਤਾਂ ਨੂੰ ਗੁਰ ਇਤਿਹਾਸ ਦੇ ਨਾਲ ਜੋੜਿਆ, ਸੂਰਬੀਰਾਂ ਦੀਆਂ ਕਥਾਵਾਂ ਸੁਣਾਈਆਂ ਗਈਆਂ ਸਤਿਗੁਰੂ ਪਾਤਸ਼ਾਹ ਜੀਓ। ਆਪ ਜੀ ਦੀ ਪਵਿੱਤਰ ਰੱਬੀ ਬਾਣੀ ਸ੍ਰੀ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ, ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ ਸਤਿਗੁਰੂ ਪਾਤਸ਼ਾਹ ਜੀਓ। ਆਪ ਜੀ ਦੀ ਪਵਿੱਤਰ ਰੱਬੀ ਬਾਣੀ ਪੜ੍ਹਦਿਆਂ ਹੋਈਆਂ ਗਲਤੀਆਂ ਦੀ ਮਾਫ਼ੀ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ, ਅੱਗੋਂ ਤੋਂ ਸ਼ੁੱਧ ਬਾਣੀ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ। ਸਤਿਗੁਰੂ ਪਾਤਸ਼ਾਹ ਜੀ ਸਰਬੱਤ ਨਗਰ ਨਿਵਾਸੀ ਸੰਗਤਾਂ ਵੱਲੋਂ ਆਪ ਜੀ ਨੂੰ ਸੋਹਣੇ ਜਿਹੇ ਪੇਸ਼ਾ ਕੇ ਅਰਪਣ ਕੀਤੇ। ਆਪ ਜੀ ਦੇ ਸਰੂਪ ਤੇ ਸੁਭਾਈਮਾਨ ਹਨ ਸਤਿਗੁਰੂ ਜੀ ਪੇਸ਼ਾ ਕੇ ਅੰਗੀਕਾਰ ਕਰਨੇ। ਸਰਬੱਤ ਸੰਗਤਾਂ ਦੇ ਸਿਰ ਤੇ ਸਦਾ ਮਿਹਰ ਭਰੇ ਹੱਥ ਰੱਖਣੇ, ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸਰਬੱਤ ਨਗਰ ਖੇੜੇ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੇ ਮਹਾਰਾਜ ਜੀਓ। ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣੇ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਸਤਿਗੁਰੂ ਪਾਤਸ਼ਾਹ ਜੀ। ਇਸੇ ਤਰ੍ਹਾਂ ਹੀ ਸਤਿਗੁਰੂ ਪਾਤਸ਼ਾਹ ਜੀ ਸੂਰਬੀਰਾਂ ਦੀ ਮਹਾਨ ਕਥਾਵਾਂ ਨੂੰ ਯਾਦ ਕਰਦੇ ਰਹਿਣ ਦੀ ਸਤਿਗੁਰੂ ਪਾਤਸ਼ਾਹ ਜੀ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸਰਬੱਤ ਸੰਗਤਾਂ ਵੱਲੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਹਾਜ਼ਰ ਹੋਈਆਂ। ਆਪ ਭੋਗ ਲਾਓ, ਭੋਗ ਲੱਗੇ ਪ੍ਰਸ਼ਾਦ ਸਰਬੱਤ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀਓ। ਆਪ ਕਿਰਪਾ ਕਰੋ ਸਰਬੱਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਦੋਹਰਾ ਅਗਿਆ ਪਈ ਅਕਾਲ ਕੀ, ਤਗੜ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਪਹੁੰਚੈ, ਪੂਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ। ਤੁਮ ਗਾਵੋ ਹੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ।